ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਬਲੀਨ ਕੌਰ ਹੈ ਅਤੇ ਮੇਰੇ ਘਰ ਦੇ ਮੈਨੂੰ ਬਾਵੀਆ ਦੇ ਨਾਂ ਨਾਲ ਬੁਲਾਉਂਦੇ ਨੇ। ਜ਼ਿਆਦਾਤਰ ਲੋਕਾਂ ਨੂੰ ਇਹ ਨਾਮ ਪਤਾ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਚਲੋ ਮੈਂ। ਬਾਕੀ ਜੀ, ਮੇਰੇ ਆ ਦੋ ਨਾਮਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਮ ਆ ਜੋ ਦੁਨੀਆ ਨੇ ਮੈਨੂੰ ਦਿੱਤੇ ਹੋਏ ਆ। ਫੋਰ ਐਗਜ਼ਾਮਪਲ, ਮੇਰੀ ਛੇੜ ਘਰ ਦੀ ਤਬਲਾ ਆ। ਕੁਛ ਲੋਕ ਮੈਨੂੰ ਮੋਟੋ ਕਹਿੰਦੇ ਆ, ਕੁਛ ਲੋਕ ਮੈਨੂੰ ਕੱਦੂ ਕਹਿੰਦੇ ਆ, ਕੁਛ ਲੋਕ ਮੈਨੂੰ ਸਾਂਡ ਵੀ ਕਹਿੰਦੇ ਆ, ਤੇ ਕੁਛ ਲੋਕ ਮੈਨੂੰ ਬੁਲਡੋਜ਼ਰ ਵੀ ਕਹਿੰਦੇ ਆ। ਹਾਂਜੀ, ਮੈਨੂੰ ਬੋਲਣ ਚ ਕੋਈ ਸ਼ਰਮ ਨਹੀਂ ਆ, ਸੱਚਾਈ ਬੋਲ ਰਹੀ ਆ, ਜੋ ਹਾਂ ਉਹ ਹਾਂ। ਇਹਨਾਂ 24 ਸਾਲਾਂ ਦੇ ਵਿੱਚ ਆਪਣੇ ਵੇਟ ਨੂੰ ਲੈ ਕੇ, ਫਿਗਰ ਨੂੰ ਲੈ ਕੇ ਮੈਂ ਬਹੁਤ ਗੱਲਾਂ ਸੁਣੀਆਂ। ਆ ਜਦੋਂ ਆ ਗਾਣਾ ਚੱਲਦਾ ਹੁੰਦਾ ਨਾ, ਹਾਈ ਨੀ ਮੇਰੀ ਮੋਟੋ, ਮੈਨੂੰ ਲੋਕ ਇਹਦੇ ਚ ਟੈਗ ਵੀ ਕਰਦੇ ਆ। ਕਿਤੇ ਲੇਡੀਜ਼ ਸੰਗੀਤ ਹੋਵੇ, ਕਿਤੇ ਵਿਆਹ ਹੋਵੇ, ਜਦੋਂ ਇਹ ਗਾਣਾ ਚੱਲਦਾ ਹੁੰਦਾ ਆ ਤੇ ਮੈਨੂੰ ਛੇੜਿਆ ਵੀ ਜਾਂਦਾ ਆ। ਤੇ ਕਈ ਵਾਰੀ ਕੀ ਹੁੰਦਾ, ਜਿਵੇਂ ਗਾਣਾ ਲੱਗਿਆ ਹੁੰਦਾ ਲੱਕ 28 ਕੁੜੀ ਦਾ, ਉੱਤੇ ਵੀ ਮੇਰਾ ਮਜ਼ਾਕ ਉਡਾਇਆ ਜਾਂਦਾ ਆ। ਉਹਦੇ ਚ ਵੀ ਇੱਕ ਲਾਈਨ ਆਉਂਦੀ ਹੈ ਮੋਟੀ ਵਾਲੀ, ਉਹਦੇ ਚ ਵੀ ਮੇਰਾ ਮਜ਼ਾਕ ਉਡਾਇਆ ਜਾਂਦਾ। ਬਟ ਮੈਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਆ, ਕਿਉਂਕਿ ਮੈਂ ਬਚਪਨ ਤੋਂ ਇਹ ਗੱਲਾਂ ਸੁਣਦੀ ਆਈ ਆ। 24 ਸਾਲ ਹੋ ਗਏ, ਸਕੂਲ ਕਾਲਜ ਲੈਵਲ ਤੇ ਬਹੁਤ ਗੱਲਾਂ ਸੁਣੀਆਂ, ਇੱਥੋਂ ਤੱਕ ਕਿ ਬੁੱਲੀ ਵੀ ਹੋਈ ਆ, ਪਿੱਠ ਤੇ ਡੰਡੇ ਵੀ ਬਰਦਾਸ਼ਤ ਕੀਤੇ ਹੋਏ, ਕਾਲਜ ਲੈਵਲ ਵੀ ਬਹੁਤ ਗੱਲਾਂ ਸੁਣੀਆਂ। ਇੰਨਾ ਨੀ ਮੈਂ ਸੋਚਦੀ ਨਾ ਮੈਂ ਪਰਵਾਹ ਕਰਦੀ ਆ। ਜਿਹੜਾ ਕਹਿੰਦਾ ਹਾਂ ਹੈਗੀਆਂ, ਸੋ ਵਟ। ਬਟ ਜਦੋਂ ਕੋਈ ਮੈਨੂੰ ਇਹ ਕਹਿੰਦਾ ਨਾ ਕਿ ਤੂੰ ਮੋਟੀ ਆ, ਤੈਨੂੰ ਐਂਕਰਿੰਗ ਨਹੀਂ ਕਰਨੀ ਚਾਹੀਦੀ, ਉਦੋਂ ਮੈਨੂੰ ਬਹੁਤ ਗੁੱਸਾ ਚੜਦਾ। ਕੁਛ ਲੋਕੀ ਮੈਨੂੰ ਮੈਸੇਜ ਕਰਦੇ ਆ ਕਿ ਆ ਤੂੰ ਸੋਹਣੀ ਵੀ ਇੰਨੀ ਆ, ਤੇਰੀ ਉਮਰ ਵੀ ਕੱਖ ਨਹੀਂ, ਟਿਪਸ ਦਵਾਂ, ਟਰਾਈ ਕਰੋਗੇ? ਮੋਟੀਆਂ ਐਂਕਰਾਂ ਨਾ ਸੋਹਣੀਆਂ ਨਹੀਂ ਲੱਗਦੀਆਂ। ਹਾਂ, ਕਦੀ ਤੁਸੀਂ ਇਹ ਦੇਖਿਆ ਮੇਰੀ ਵੀਡੀਓ ਦੇ ਵਿੱਚ ਮੈਂ ਕੀ ਬੋਲਦੀ ਹੁੰਨੀ ਆ, ਮੇਰਾ ਕੰਟੈਂਟ ਕੀ ਹੁੰਦਾ ਆ, ਮੈਂ ਕਿਹੜੇ ਗਟਸ ਨਾਲ ਬੋਲਦੀ ਹੁੰਨੀ ਆ? ਕਦੀ ਉਹ ਦੇਖਿਆ ਲਾਈਵ ਜਿਹੜੇ ਮੇਰੇ ਹੁੰਦੇ ਆ, ਉਹ ਦੇਖਿਆ ਕਦੀ? ਲਾਈਵ ਬੋਲਣਾ ਈਜ਼ੀ ਨਹੀਂ ਹੁੰਦਾ, ਜਦੋਂ ਹਜ਼ਾਰਾਂ ਲੋਕੀ ਤੁਹਾਨੂੰ ਦੇਖ ਰਹੇ ਹੋਣ ਉਦੋਂ ਬੰਦੇ ਨੂੰ ਬਹੁਤ ਡਰ ਲੱਗਦਾ ਆ। ਪਰ ਚਲੋ, ਇਸ ਲਾਈਨ ਦੇ ਵਿੱਚ 3 ਸਾਲ ਹੋ ਗਏ, ਹੁਣ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਮੈਂ ਖੁਦ ਚੂਜ਼ ਕੀਤੀ ਆ ਫੀਲਡ, ਮੈਂ ਬਹੁਤ ਪਾਸ ਇਹ ਗੱਲ ਸੁਣੀ ਆ, ਰਿਜੈਕਸ਼ਨ ਸੀ ਬਰਦਾਸ਼ਤ ਕੀਤੇ ਆ। ਇੱਥੇ ਕਈ ID ਚ ਮੇਰੇ ਫਰੈਂਡਸ ਹੈਗੇ ਆ ਜਿਨ੍ਹਾਂ ਨੂੰ ਮੇਰੀ ਜਰਨੀ ਦਾ ਪਤਾ ਆ, ਮੈਂ ਕੀ ਫੇਸ ਕੀਤਾ ਸਭ ਨੂੰ ਪਤਾ ਆ। ਹੁਣ ਜਿਹੜੇ ਮੈਨੂੰ ਇਹ ਕਹਿੰਦੇ ਆ ਨਾ ਕਿ ਤੈਨੂੰ ਐਂਕਰਿੰਗ ਨਹੀਂ ਕਰਨੀ ਚਾਹੀਦੀ ਆ, ਤੂੰ ਮੋਟੀ ਆ, ਪਲੀਜ਼, ਹਰ ਕੋਈ ਪਰਫੈਕਟ ਨਹੀਂ ਹੁੰਦਾ, 5 ਉਂਗਲਾਂ ਨਾਲ ਰੱਬ ਨੇ ਕਦੀ ਬਰਾਬਰ ਨਹੀਂ ਬਣਾਈਆਂ। ਕੁਛ ਲੋਕੀ ਇਹ ਕਹਿੰਦੇ ਆ ਤੇਰਾ ਜੋ ਰੇਡੀਓ ਤੇ ਲੈਵਲ ਸੀਗਾ ਨਾ, ਉਹ ਹੁਣ ਨਹੀਂ ਆ, ਜੋ ਤੂੰ ਰੇਡੀਓ ਤੇ ਕਰਦੀ ਸੀ ਨਾ, ਜੋ ਤੇਰੀ ਰੇਡੀਓ ਤੇ ਪੋਜੀਸ਼ਨ ਸੀਗੀ, ਉਹ ਅੱਜ ਐਂਕਰਿੰਗ ਚ ਨਹੀਂ ਆ। ਇੱਕ ਐਗਜ਼ਾਮਪਲ ਦੇਣਾ ਚਾਹਾਂਗੀ, ਇੱਕ 2 ਮਰਲੇ ਦੀ ਕੋਠੀ ਚ ਤੇ ਇੱਕ ਮੈਂਸ਼ਨ ਬਣਨ ਚ, ਇੱਕ ਵਿਲਾ ਬਣਨ ਚ ਬਹੁਤ ਟਾਈਮ ਲੱਗਦਾ ਆ। ਮੈਨੂੰ ਪਤਾ ਮੇਰੇ ਚ ਖਾਮੀਆਂ, ਮੈਨੂੰ ਪਤਾ ਮੈਂ ਜਦੋਂ ਕਰੋਮਾ ਸ਼ੂਟ ਕਰਦੀ ਆ, ਮੇਰੇ ਜਿੰਨੇ ਕਰੋਮਾ ਸ਼ੂਟ ਆ ਮੈਂ ਉਹਦੇ ਚ ਡਬਲ ਲੱਗ ਰਹੀ ਆ, ਆਈ ਨੋ ਦੈਟ, ਬਟ ਆਈ ਡੋਂਟ ਕੇਅਰ। ਮੈਂ ਐਟਲੀਸਟ ਚੰਗਾ ਬੋਲ ਰਹੀ ਆ, ਗਲਤ ਨਹੀਂ ਬੋਲ ਰਹੀ। ਇੰਡੀਆ ਚ ਲੋਕ ਇਸ ਕਰਕੇ ਨਹੀਂ ਇੱਥੋਂ ਬਾਹਰ ਜਾਂਦੇ ਕਿ ਇੱਥੇ ਦੇਸ਼ ਚ ਕੁਛ ਨਹੀਂ ਆ, ਬਹੁਤ ਲੋਕੀ ਸਾਡੇ ਦੇਸ਼ ਚ ਸਕਸੈਸਫੁਲ ਹੋਏ ਆ, ਬਟ ਇੱਥੇ ਕਮੀ ਕੀ ਆ? ਇੱਥੇ ਜਿਹੜਾ ਇੱਕ ਬੰਦਾ ਉੱਪਰ ਉੱਠਣ ਦੀ ਕੋਸ਼ਿਸ਼ ਕਰਦਾ ਨਾ, 10 ਜਾਣੇ ਉਹਦੀ ਨੀਚੇ ਤੰਗ ਖਿੱਚਣ ਨੂੰ ਤਿਆਰ ਰਹਿੰਦੇ ਆ। ਅਗਲਾ ਬੰਦਾ ਤਰੱਕੀ ਕਰ ਕਿੱਦਾਂ ਜਾਵੇ, ਕਿਸੇ ਤੋਂ ਹਜ਼ਮ ਨਹੀਂ ਹੁੰਦਾ। ਮੈਂ ਕੋਈ ਤਰੱਕੀ ਹਾਸਲ ਨਹੀਂ ਕੀਤੀ, ਮੈਂ ਬਸ ਮਿਹਨਤ ਕੀਤੀ ਆ ਆਪਣੀ। ਤੇ ਜਿਹੜੇ ਮੈਨੂੰ ਮੋਟੀ ਕਹਿ ਕੇ ਇਹ ਕਹਿੰਦੇ ਆ ਨਾ ਕਿ ਤੂੰ ਐਂਕਰਿੰਗ ਨਾ ਕਰ,
ਇੰਨਾ ਹੀ ਹੈਗਾ ਨਾ, ਤੇ ਅੱਜ ਮੈਂ ਚੈਲੰਜ ਕਰਦੀ ਹਾਂ ਤੁਹਾਨੂੰ, ਤੁਸੀਂ ਇੱਕ ਸ਼ੂਟ ਕਰੋ, ਸਾਰਾ ਉਹਨੂੰ ਐਡਿਟ ਕਰਾਓ, ਕੈਮਰਾ ਫੇਸ ਕਰੋ, ਲਾਈਵ ਕਰੋ, ਆਪਣੀਆਂ ਕਮੀਆਂ ਹੋਣ ਦੇ ਬਾਵਜੂਦ ਵੀ ਉਹਨੂੰ ਐਕਸੈਪਟ ਕਰਕੇ ਅੱਗੇ ਵਧੋ, ਗਟਸ ਰੱਖੋ, ਫਿਰ ਮੰਨੂਗੀ। ਇਸ ਲਾਈਨ ਚ ਆਉਣ ਤੋਂ ਪਹਿਲੇ ਮੈਨੂੰ ਪਤਾ ਸੀ ਕਿ ਲੋਕਾਂ ਨੇ ਮੇਰਾ ਵੇਟ ਦਾ ਮਜ਼ਾਕ ਉਡਾਉਣਾ ਆ, ਮੇਰੀਆਂ ਛੇੜਾਂ ਪਾਣੀਆਂ ਆ, ਮੇਰਾ ਮਾਇੰਡ ਪ੍ਰਿਪੇਅਰ ਸੀ। ਮੈਂ ਫਿਰ ਵੀ ਇਹ ਲਾਈਨ ਚੂਜ਼ ਕੀਤੀ ਜਸਟ ਬਿਕੋਜ਼ ਜਿਹੜੀ ਚੀਜ਼ ਦੁਨੀਆ ਮੈਨੂੰ ਕਰਨ ਤੋਂ ਰੋਕਦੀ ਆ ਨਾ, ਬਾਏ ਗੋਡ, ਸਭ ਤੋਂ ਪਹਿਲੇ ਨੰਬਰ ਤੇ ਮੈਂ ਉਹੀ ਕਰਦੀ ਆ। ਨਿੱਕੇ ਹੁੰਦੇ ਨਾ ਇੱਕ ਵਾਰੀ ਮੇਰੀ ਕਜ਼ਨ ਕਵਲ, ਮੈਂ ਉਹਦੇ ਸਾਹਮਣੇ ਬਹੁਤ ਰੋਈ ਸੀ ਕਿ ਕਵਲ ਮੈਨੂੰ ਏਦਾਂ ਬੁਲੀ ਕਰਦੇ ਆ, ਮੈਂ ਏਦਾਂ ਹਰਾਸ ਹੁੰਦੀ ਆ, ਲੋਕੀ ਮੇਰਾ ਮਜ਼ਾਕ ਉਡਾਉਂਦੇ ਆ, ਮੈਂ ਮੋਟੀ ਆ ਤਾਂ ਕਰਕੇ। ਉਹਨੇ ਨਾ ਮੈਨੂੰ ਇੱਕ ਗੱਲ ਸਿਖਾਈ ਸੀਗੀ ਕਿ ਜਿਹੜੇ ਅੱਗੋਂ ਤੋਂ ਹੁਣ ਤੈਨੂੰ ਮੋਟੀ ਕਹਿਣ ਨਾ, ਤੂੰ ਉਹਨਾਂ ਨੂੰ ਕਹਿਣਾ ਤੂੰ ਉਹਨਾਂ ਦੀ ਕਮਾਈ ਦਾ ਨੀ ਖਾਂਦੀ, ਤੂੰ ਆਪਣੇ ਘਰ ਦਾ ਖਾਂਦੀ ਆ, ਕਿਸੇ ਦਾ ਹੱਕ ਨੀ ਆ ਤੈਨੂੰ ਕੁਛ ਕਹਿਣ ਦਾ। ਤੇ ਇਹ ਵੀਡੀਓ ਮੈਂ ਇਸ ਲਈ ਬਣਾਈ ਆ ਕਿ ਜਿਹੜੇ ਲੋਕ ਏਦਾਂ ਦੀ ਸੋਚ ਨਹੀਂ ਰੱਖਦੇ ਨਾ, ਪਲੀਜ਼ ਉਹਨਾਂ ਨੂੰ ਟੈਗ ਜ਼ਰੂਰ ਕਰਿਓ। ਤੇ ਜਿਹੜੇ ਮੇਰੇ ਵਰਗੇ ਨੇ, ਮੋਟੇ ਨੇ, ਕਲਰ ਕਰਕੇ ਸਟਰਗਲ ਕਰਦੇ ਨੇ, ਲੋਕੀ ਉਹਨਾਂ ਨੂੰ ਜੀਣ ਨਹੀਂ ਦਿੰਦੇ, ਉਹਨਾਂ ਨੂੰ ਧਰਕਾਰਨ ਦੀ ਹਰ ਇੱਕ ਕੋਸ਼ਿਸ਼ ਕਰਦੇ ਆ, ਤੇ ਜੇ ਉਹ ਹਿੰਮਤ ਹਾਰਦੇ ਆ ਨਾ, ਉਹਨਾਂ ਨੂੰ ਵੀ ਟੈਗ ਜ਼ਰੂਰ ਕਰਿਓ। ਤੇ ਮੈਨੂੰ ਲੋਕਾਂ ਦੀ ਨਹੀਂ ਪਰਵਾਹ, ਮੈਂ ਆਪਣੇ ਆਪ ਨੂੰ ਪਿਆਰ ਕਰਦੀ ਆ, ਤੇ ਇਹੀ ਉਹ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ, ਲਵ ਯੋਰ ਸੈਲਫ, ਕਿਸੇ ਦੀ ਪਰਵਾਹ ਨਾ ਕਰੋ। ਚੰਗਾ ਜੀ, ਬਾਏ ਬਾਏ।